ਕੱਲ ਜਿਹੜਾ ਇੱਥੇ ਸੁਖਚੈਨ ਸਿੰਘ NRI 'ਤੇ ਇੱਕ ਹਮਲਾ ਹੋਇਆ ਸੀ, ਉਸ ਉਹਨਾਂ ਦੇ ਹਮਲਾਵਰ ਅਤੇ ਇਸ ਕੇਸ ਨੂੰ ਟਰੇਸ ਕਰਨ ਲਈ ਮਾਨਯੋਗ CM ਸਾਹਿਬ ਪੰਜਾਬ ਅਤੇ ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਨ ਦੀ ਹਦਾਇਤ ਹੋਈ ਸੀ, ਜਿਹਦੇ ਤਹਿਤ ਸ਼੍ਰੀ ਟੋਕੇ ਸਾਹਿਬ ਸਪੈਸ਼ਲ DG ਸਾਹਿਬ ਇੱਥੇ ਕੱਲ੍ਹ ਵਿਜਿਟ ਕੀਤੇ ਸੀ, ਕਮਿਸ਼ਨਰੇਟ ਅੰਮ੍ਰਿਤਸਰ ਅਤੇ ਉਹਨਾਂ ਇੰਟਰਨਲ ਸਿਕਿਉਰਿਟੀ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਿ ਤੱਕ ਪਹੁੰਚਦਿਆਂ ਹੋਇਆਂ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ। ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਆ ਸੁੱਖਾ ਗ੍ਰਨੇਡ ਡਿਸਟ੍ਰਿਕਟ ਕਪੂਰਥਲਾ, ਗੁਰਕੀਰਤ ਸਿੰਘ ਏਰੀਆ ਸਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ। ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ। ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਟਰ ਇਨ ਲਾਅ ਜੀ ਦੀ ਡੈਥ ਹੋ ਗਈ ਸੀ, ਉਹ ਪਰਿਵਾਰ ਵੀ USA 'ਚ ਰਹਿੰਦੇ ਆ ਉਹਨਾਂ ਦੇ, ਉਹਨਾਂ ਨੇ USA ਤੋਂ ਹੀ ਇਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ। ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ, ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ। ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ 5 ਬੰਦੇ ਰਾਊਂਡ ਅਪ ਕਰ ਲਏ ਨੇ, ਜਿਨ੍ਹਾਂ 'ਚ 2 ਬੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ। ਉਹ ਬੰਦਿਆਂ ਦੇ ਨਾਂ ਹਨ ਜਗਜੀਤ ਏਲੀਅਸ ਜੱਗੂ, ਪੁੱਤਰ ਅਮਰੀਕ ਸਿੰਘ, ਸਦਰ ਤਰਨ ਤਾਰਨ, ਇੱਕ ਚਮਕੌਰ ਸਿੰਘ ਏਲੀਅਸ ਛੋਟੂ, ਇਹ ਵੀ ਸਦਰ ਤਰਨ ਤਾਰਨ ਦਾ। ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉੱਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਅਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅੰਮ੍ਰਿਤਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ, ਇਵੇਂ ਅਭਿਲਾਖਸ਼ ਭਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ, ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ। ਇਹਨਾਂ ਨੂੰ 22 ਅਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾਂ ਕਿਸੇ ID ਬਿਨਾਂ ਕਿਸੇ ਇਹਨਾਂ ਦੀ ਕੋਈ ਆਈਡੈਂਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫਿਰ ਇਹ ਵਿਅਕਤੀ ਉੱਥੇ ਆਏ ਨੇ। ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਹਰ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮੈਰੀਕਾ ਤੋਂ ਇੱਥੇ ਕੁਛ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਰਿਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੇ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨਲੋਜ ਨੇ ਜਿਹੜੇ ਕਿ ਅਮੈਰੀਕਾ 'ਚ ਵੱਸਦੇ ਨੇ, ਇਹ ਉਹਨਾਂ ਦੀਆਂ ਡਾਇਰੈਕਸ਼ਨਾਂ 'ਤੇ ਉਹਨਾਂ ਦੇ ਕਹਿਣ ਮੁਤਾਬਕ ਅਤੇ ਉਹਨਾਂ ਤੋਂ ਇਹ ਔਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ। ਇਸ ਤਰ੍ਹਾਂ ਇਹ 2 NRI ਪਰਿਵਾਰ ਨੇ, ਇੱਕ NRI ਪਰਿਵਾਰ ਨੇ ਦੂਸਰੇ NRI ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ਼ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇੱਥੋਂ ਦੇ ਬੰਦੇ ਹਾਇਰ ਕਰਕੇ ਇਹ ਕ੍ਰਾਈਮ ਨੂੰ ਅੰਜਾਮ ਦਿੱਤਾ। ਅਸੀਂ 5 ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸੇ ਆ ਇਹ 5 ਅਰੈਸਟ ਕਰ ਲਏ ਆ ਅਤੇ 3 ਬੰਦੇ ਆ ਜਿਹੜੇ ਉਹ ਆਲਰੇਡੀ USA 'ਚ ਆ। ਜਿਹੜੇ 2 ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ, ਕਾਊਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਅਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਹਾਂ। ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸਿੱਖਾਂ ਦੇ ਅੰਦਰ ਦੇਵਾਂਗੇ। ਹਾਂਜੀ, USA ਤੋਂ ਉਹ ਟੋਟਲ ਡਿਟੇਲਸ ਅਸੀਂ ਵਰਕਆਊਟ ਕਰ ਰਹੇ ਹਾਂ। ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ, ਕੁਛ ਹੋਰ ਉਹਦੀ ਡਿਟੇਲ ਕਢਾ ਰਹੇ ਹਾਂ। ਜਿਹੜੀ ਇਨੀਸ਼ੀਅਲ ਐਂਟਰੀ ਕ੍ਰਾਈਮ ਕਰਨ ਤੋਂ ਬਾਅਦ ਸੀ ਉਹ 25,000 ਰੁਪਏ ਦੀ ਇੱਕ ਐਂਟਰੀ ਸੀ। ਉਹ ਸਾਰਾ ਹੈਗਾ ਗਾ, ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ, ਕਿਉਂਕਿ ਸਾਡਾ ਜਿਹੜਾ ਓਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇ ਚੱਲ ਰਿਹਾ ਹੈਗਾ, ਤਾਂ ਕਿ ਉਹਦੇ 'ਚ ਕੋਈ ਵਿਘਨ ਨਾ ਪਵੇ।
ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ, ਇਹ ਕ੍ਰਾਈਮ ਕਰਨ ਵਾਲੇ ਹਨ, ਕ੍ਰਾਈਮ ਕਰਾਉਣ ਵਾਲੇ ਹਨ, ਇਹ ਪੂਰੇ ਟਰੇਸ ਹੋ ਗਏ ਨੇ। ਇਹਦੇ 'ਚ ਕਿਸੇ ਨੂੰ ਕੋਈ ਡਿਫਰੈਂਟ ਤੌਰ 'ਤੇ ਜਿਸ ਤਰ੍ਹਾਂ ਦੀ ਹਾਈਪ ਕ੍ਰੀਏਟ ਕੀਤੀ ਜਾ ਰਹੀ ਸੀ ਵੀ NRI 'ਤੇ ਕੋਈ ਅਟੈਕ ਹੋ ਗਿਆ, ਇਹ ਦੋਨੇ ਹੀ ਪਰਿਵਾਰ NRI ਨੇ। ਇੱਕ NRI ਪਰਿਵਾਰ ਨੇ ਦੂਸਰੇ NRI ਪਰਿਵਾਰ ਨੂੰ ਆਪਸੀ ਰੰਜਿਸ਼ਵਾਜ਼ ਹੋਣ ਕਰਕੇ ਉਹ 'ਤੇ ਅਟੈਕ ਕਰਵਾਇਆ। ਅਮੈਰੀਕਾ 'ਚ SP ਸਿੰਘ ਜਿਹੜਾ ਇਹਨਾਂ ਦਾ, ਜਿਹੜੀ ਪਹਿਲੀ ਇਹਦੀ ਵਾਈਫ ਸੀ ਜਿਹਦੀ ਡੈਥ ਹੋ ਗਈ ਸੀ, ਉਹ ਇਹਦਾ ਬ੍ਰਦਰ ਇਨ ਲਾਅ, ਸੁਖਚੈਨ ਦਾ ਪੁਰਾਣਾ ਬ੍ਰਦਰ ਇਨ ਲਾਅ ਕਹਿ ਸਕਦੇ ਹਾਂ, ਸੁਖਚੈਨ ਦਾ ਇੱਕ ਸਾਢੂ ਆ, ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਵਦੀਪ ਰਾਹੀਂ, ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉੱਥੇ ਸੇਮ ਇਕੱਠੇ ਰਹਿੰਦੇ ਨੇ, ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟ੍ਰਾਂਸਫਰ ਹੋਏ ਨੇ, ਉਹਨਾਂ ਦੇ ਆਪਸ 'ਚ ਲਿੰਕ ਅਸਟੈਬਲਿਸ਼ ਹੋ ਗਏ ਨੇ, ਪੈਸੇ ਉਹਨਾਂ ਵੱਲੋਂ ਮੁਲਜ਼ਮਾਂ ਨੂੰ ਇਹਨਾਂ ਤੱਕ ਪਹੁੰਚਣੇ ਅਸਟੈਬਲਿਸ਼ ਹੋ ਗਏ ਨੇ, ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ, ਬਾਅਦ 'ਚ ਹੋਰ ਕਿੰਨੇ ਪੈਸੇ ਦੇਣੇ ਸੀ, ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ, ਉਹ ਅਸੀਂ ਤੈਅ ਕਰਕੇ ਕੱਢ ਲਾਂ। ਸੁਖਚੈਨ ਦੇ ਪਹਿਲੇ ਪਰਿਵਾਰ 'ਚੋਂ ਜਿਹੜਾ ਇਹਦਾ ਫਾਦਰ ਇਨ ਲਾਅ ਵਾ ਉਹ ਅਰੈਸਟ ਹੋ ਗਿਆ। ਜਿਹੜੇ ਇਸ ਪਰਿਵਾਰ ਨੇ 5 ਬੰਦੇ FIR 'ਤੇ ਲਿਖਾਏ ਸੀ, ਜਿਨ੍ਹਾਂ 'ਚ ਸੁਖਚੈਨ ਦੀ ਪਹਿਲੀ ਵਾਈਫ ਆ ਜਿਹੜੀ, ਉਹਦੇ ਮਦਰ, ਫਾਦਰ, ਉਹਦੀ ਸਿਸਟਰ, ਉਹਦਾ ਜੀਜਾ ਅਤੇ ਉਹਦਾ ਭਰਾ, 3 ਬੰਦੇ ਬਾਹਰ ਨੇ, 2 ਬੰਦੇ ਇੱਥੇ ਨੇ, ਜਿਹਦੇ 'ਚ ਅਸੀਂ ਉਹਦੀ ਫਾਦਰ ਨੂੰ ਅਰੈਸਟ ਕਰ ਲਿਆ ਅਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ। ਇੱਥੇ ਉਹਦੀ ਮਦਰ ਹੈਗੀ ਆ, ਉਹਦੀ ਮਦਰ ਆ, ਉਹ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ, ਜਿਹਨੂੰ ਵੀ ਇਹ ਨੌਲੇਜ ਹੋਈ, ਜਿਹਦੀ ਵੀ ਇਹ ਕਨਾਈਵੈਂਸ ਦੇ ਨਾਲ, ਜਿਹਦੀ ਵੀ ਕੰਸਪੀਰੇਸੀ ਦੇ ਨਾਲ, ਸਾਜਿਸ਼ ਤਹਿਤ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ, ਅਸੀਂ ਸਾਰਿਆਂ ਨੂੰ ਫੜ ਕੇ ਸਿੱਖਾਂ ਦੇ ਅੰਦਰ ਦੇਣ ਲਈ ਵਚਨਬੱਧ ਹਾਂ। ਇਸ ਤਰ੍ਹਾਂ ਇਹ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ, ਜਿਹੜਾ ਕਿ ਮਾਨਯੋਗ DGP ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ, ਸਪੈਸ਼ਲ DG ਇੰਟਰਨਲ ਸਿਕਿਉਰਿਟੀ ਜੀ ਦੀ ਮਦਦ ਦੇ ਨਾਲ, ਸਾਰਿਆਂ ਨੇ ਤਾਲਮੇਲ ਨਾਲ, ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟਰੇਸ ਕਰ ਲਿਆ, ਅਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ, ਕਿਸੇ ਹੋਰ ਜ਼ਿਲ੍ਹੇ ਦੇ ਸੀਗੇ, ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ, ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ, ਲੜਾਈਆਂ ਝਗੜਿਆਂ ਦੇ ਆ, NDPS ਪਰਚੇ ਹੈਗੇ ਆ, ਅਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ, ਉਹਦੇ 5-6 ਪਰਚੇ ਦਰਜ ਆ। ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ, ਉਹ ਵੀ ਅਸੀਂ ਘੋਖ ਕਰਕੇ ਇਹਨਾਂ ਨੂੰ ਤਹਿ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਹਾਂ ਅਤੇ ਜਲਦੀ ਫੜ ਲਾਂਗੇ। ਥੈਂਕ ਯੂ। ਹਾਂਜੀ, ਮੋਟਰਸਾਈਕਲ, ਉਹ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਹੋ ਗਈਆਂ, ਅਸੀਂ ਸ਼ੋਰਟਲੀ, ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇਣ 'ਚ ਕਾਮਯਾਬ ਹੋ। ਉਹ ਅਸੀਂ ਤੁਹਾਨੂੰ ਸਾਰੀਆਂ ਡਿਟੇਲ ਵਰਕਆਊਟ ਕਰਦੇ। ਥੈਂਕ ਯੂ। ਹੋਟਲ ਵਾਲਿਆਂ ਨੂੰ ਅਸੀਂ ਵੈਸੇ ਵੀ ਉਹਨਾਂ ਦੇ ਨੇਮ ਵੀ ਕਹਿੰਦੇ ਨੇ, ਵੈਸੇ ਵੀ ਆ ਵੀ ਜਿਹੜਾ ਵੀ ਕੋਈ ਬੰਦਾ ਆਉਂਦਾ, ਬੇਸ਼ੱਕ ਕਿਸੇ ਸਰਾਂ 'ਚ ਆਵੇ, ਗੁਰਦੁਆਰੇ ਆਵੇ, ਧਾਰਮਿਕ ਥਾਂ 'ਤੇ ਆਵੇ, ਕਿਸੇ ਮੰਦਿਰ 'ਚ ਆਵੇ, ਹੋਟਲ 'ਚ ਆਵੇ, ਉਹਦੀ ID, ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹਨੂੰ ਉੱਥੇ ਰੱਖਣਾ ਹੁੰਦਾ। ਇਹਨਾਂ ਨੇ ਉਹਦੀ ਕੋਈ ID ਨਹੀਂ ਲਈ, ਉਹਨਾਂ ਤੋਂ ਕੋਈ ਉਹਦੀ ਡਿਟੇਲ ਨਹੀਂ ਲਈ, ਉਸ ਵਜ੍ਹਾ ਕਰਕੇ ਇਹ 2 ਦਿਨ ਪਹਿਲਾਂ ਉਹਦੇ ਕੋਲ ਰਹੇ ਨੇ। ਇੱਕ ਬੰਦਾ ਉਹਨਾਂ ਕੋਲ ਮੂੰਹ ਬੰਨ ਕੇ ਗਿਆ, ਉਹ ਬੰਦੇ ਨੂੰ ਸ਼ੱਕ ਵੀ ਹੋ ਜਾਂਦਾ, ਅਜਿਹੇ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਾਊਟ ਆਈਡੈਂਟੀ ਪਰੂਫ, ਵਿਦਾਊਟ ਉਹਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ, ਕ੍ਰਾਈਮ ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ, ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਦੇ ਵਿੱਚ ਇੱਕ ਸਹਾਇਕ ਦੇ ਤੌਰ 'ਤੇ ਉਹਨੂੰ ਪਨਾਹ ਦੇਣ ਦੇ ਤੌਰ 'ਤੇ ਇਹ ਮੰਨਿਆ ਗਿਆ। ਉਹ ਅਸੀਂ ਜੋ ਵੀ ਲਾਫੁਲ ਐਕਸ਼ਨ ਹੋਊਗਾ ਉਹ ਵੀ ਡੂਇੰਗ। ਸਾਡੀਆਂ ਪੁਲਿਸ ਟੀਮਾਂ ਵੱਖ ਵੱਖ ਥਾਵਾਂ 'ਤੇ, ਜਿਹੜੀਆਂ 6 ਟੀਮਾਂ ਜਿਹੜੀਆਂ ਸਾਡੀਆਂ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਦੇ ਨਾਲ ਅਸੀਂ ਵਰਕਆਊਟ ਕਰ ਰਹੇ ਹਾਂ। ਇਹ ਸਮਾਂ ਮੈਚ ਕਰਨ ਦੀ ਗੱਲ ਆ,
ਜਦੋਂ ਵੀ ਕਦੇ ਉਹ ਆਪਸ ਸਮਾਂ ਮੈਚ ਕਰ ਗਿਆ ਸਾਨੂੰ ਛੇਤੀ ਰੈਸਟ ਕਰ। ਉਹ ਜੋ ਡਾਕਟਰ ਸਾਹਿਬ ਦੇ ਵੱਲੋਂ ਸਾਨੂੰ ਰਿਪੋਰਟ ਮਿਲੀ ਸੀ ਕੱਲ੍ਹ ਵੀ ਹੀ ਇਜ਼ ਆਊਟ ਆਫ ਡੇਂਜਰ। ਉਹ ਡਿਟੇਲ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ, ਕੁਛ ਪਹਿਲਾਂ ਪੇਮੈਂਟ ਹੋਈ ਆ, ਬਾਅਦ 'ਚ ਹੋਈ ਆ। ਅਸੀਂ ਸਾਰੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਾਊਂਟਰ ਇੰਟੈਲੀਜੈਂਸ ਵਿੰਗ ਉਹ ਅਲੱਗ ਕਰ ਰਿਹਾ, ਅਸੀਂ ਸਾਰੀਆਂ ਡੇਟਾ ਇੱਥੋਂ ਇਕੱਠਾ ਕਰ ਰਹੇ ਹਾਂ। ਸਾਡੇ ਤਾਲਮੇਲ ਨਾਲ ਜੋ ਫਾਈਨਲ ਇਨਵੈਸਟੀਗੇਸ਼ਨ ਹੋਵੇਗੀ ਦੈਟ ਵਿਲ ਬੀ ਸ਼ੇਅਰਡ ਵਿਦ ਯੂ। ਥੈਂਕ ਯੂ। ਇਹ ਜਦੋਂ ਤੋਂ ਦਸੰਬਰ 22 'ਚ ਜਿਹੜੀ ਇਹਦੀ ਪਹਿਲੀ ਵਾਈਫ ਆ ਉਹਨੇ ਸੁਸਾਈਡ ਕਰ ਲਿਆ ਸੀ, ਉਹ ਤੋਂ ਬਾਅਦ ਕਿਉਂਕਿ ਇਹ ਬੰਦੇ ਬਾਹਰ ਸੀ, ਇਹਨਾਂ ਦਾ ਕੇਸ ਦੇ ਵਿੱਚ ਕੋਈ ਸਟੈਬਲਿਸ਼ ਨਹੀਂ ਹੱਥ ਨਹੀਂ ਹੋਣਾ ਪਾਇਆ ਗਿਆ, ਉਸ ਵਜ੍ਹਾ ਕਰਕੇ ਉਦੋਂ ਤੋਂ ਹੀ ਉਹ ਰੰਜਿਸ਼ ਰੱਖਦੇ ਸੀਗੇ ਵੀ ਇਹਨੂੰ ਵੀ ਉਸੇ ਰਸਤੇ ਭੇਜਣਾ, ਭਾਵ ਇਹਨੂੰ ਵੀ ਮੌਤ ਦੇ ਘਾਟ ਤਾਰਨਾ। ਸਾਨੂੰ ਕੁਛ ਕਾਲ ਡਿਟੇਲਸ ਵੀ ਮਿਲੀਆਂ ਨੇ ਜਿਹੜੀਆਂ ਕਿ ਇਹਨੂੰ ਕਰੀਬ 8-9 ਮਹੀਨੇ ਪਹਿਲਾਂ ਜਿਹੜੀ ਇਹਨੂੰ ਥਰੈਟ ਕੀਤੀ ਗਈ ਸੀ ਵੀ ਜਦੋਂ ਵੀ ਤੂੰ ਇੰਡੀਆ ਜਾਵੇਂਗਾ ਜਾਂ ਇੱਦਾਂ ਕਰਾਂਗਾ, ਪਰ ਇਹਨੇ ਕਿਸੇ ਨਾਲ ਸ਼ੇਅਰ ਨਹੀਂ ਕੀਤੀ, ਇਹਨੇ ਕੋਈ ਪ੍ਰਕਾਸ਼ਨ ਨਹੀਂ ਲਿਆ। ਹੁਣ ਜਦੋਂ ਉਹਨਾਂ ਨੂੰ ਬਾਹਰ ਬੈਠੇ ਆ, ਬੰਦੇ ਇੱਕੋ ਹੀ ਥਾਂ 'ਤੇ ਉੱਥੇ ਰਹਿੰਦੇ ਨੇ, ਮਿਲਵਾਕੀ ਰਹਿੰਦੇ ਨੇ, ਇੱਕੋ ਹੀ ਥਾਂ 'ਤੇ ਦੋਨੇ ਪਰਿਵਾਰ ਰਹਿੰਦੇ ਨੇ, ਜਦੋਂ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਸੀ ਬਾਹਰ ਜਾਊਗਾ, ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦੇ ਸਹੁਰੇ ਸੀਗੇ, ਬੈਂਸ ਪਿੰਡ ਹੈਗਾ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ, ਉਸ ਦੇ ਨੇੜੇ ਦੇ ਇਲਾਕੇ ਭੋਗਪੁਰ ਅਤੇ ਸੁਭਾਨਪੁਰ, ਉਸ ਦੇ ਨੇੜੇ ਦੇ ਇਲਾਕੇ ਦੇ ਉੱਥੇ ਦੋ ਕ੍ਰਿਮੀਨਲਾਂ ਨਾਲ ਕੰਟੈਕਟ ਕਰਕੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਵਾਇਆ। ਥੈਂਕ ਯੂ।